ਔਰ 20 ਜੁਲਾਈ ਫਿਲੌਰ ਵਿਖੇ ਦਿਨ ਦਿਹਾੜੇ ਲੁੱਟ ਖੋਹ ਦੀ ਦੂਜੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਨ ਦਿਹਾੜੇ ਕਾਲੀ ਰੰਗ ਦੀ ਐਕਟਿਵਾ ਤੇ ਸਵਾਰ ਦੋ ਵਿਅਕਤੀਆਂ ਨੇ ਸਿਵਲ ਹਸਪਤਾਲ ਫਿਲੌਰ ਦੇ ਨਜ਼ਦੀਕ ਡਾਕਟਰ ਰਾਕੇਸ਼ ਡਰੱਗ ਸਟੋਰ ਦੇ ਅੰਦਰ ਦਾਖਲ ਹੋ ਕੇ ਦਾਤਰ ਨਾਲ ਕਰਮਚਾਰੀ ਤੇ ਹਮਲਾ ਕਰ ਉਸ ਨੂੰ ਜ਼ਖਮੀ ਕਰ ਗੱਲੇ ਵਿੱਚੋਂ 4000 ਰੁਪਏ ਨਕਦੀ ਲੁੱਟ ਕੇ ਲੈ ਗਏ। ਮੌਕੇ ਤੇ ਹਾਜ਼ਰ ਦੁਕਾਨ ਦੇ ਕਰਮਚਾਰੀ ਜੋਗਾ ਸਿੰਘ ਪੁੱਤਰ ਰਾਣਾ ਸਿੰਘ ਵਾਸੀ ਫਿਲੌਰ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿੱਚੋਂ ਇੱਕ ਨੇ ਦਾਤਰ ਨਾਲ ਉਸ ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਦੁਕਾਨ ਦੇ ਗੱਲੇ 'ਚੋਂ ਲਗਭਗ 4000 ਦੀ ਨਗਰੀ ਕੱਢ ਕੇ ਕਾਲੇ ਰੰਗ ਦੀ ਐਕਟਿਵਾ ਤੇ ਸਵਾਰ ਹੋ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਮੌਕੇ ਤੇ ਥਾਣੇਦਾਰ ਅਮਰੀਕ ਸਿੰਘ ਸਾਥੀਆਂ ਨਾਲ ਪੁੱਜੇ ਤੇ ਹਰ ਵਾਰ ਵਾਲਾ ਰਟਾ ਰਟਾਇਆ ਜਵਾਬ ਦਿੱਤਾ ਤੇ ਕਿਹਾ ਕਿ ਕੈਮਰਿਆਂ ਦੀ ਜਾਂਚ ਕਰਕੇ ਜਲਦੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਯਾਦ ਰਹੇ ਕਿ ਇੱਕ ਦਿਨ 'ਚ ਦੂਜੀ ਲੁੱਟ ਖੋਹ ਦੀ ਵਾਰਦਾਤ ਹੈ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਹਾਂਜੀ ਮੈਂ ਜਸਟ ਨਾ 3.5 ਦਿਨ ਤੋਂ ਬਾਅਦ ਦੀ ਗੱਲ ਆ। ਠੀਕ ਹੈ ਜੀ। 3:45 ਦੇ ਵਿੱਚ ਵਿੱਚ ਦੀ। ਹਾਂਜੀ ਜਾਣੀ ਕਿ ਮੈਂ ਰੋਟੀ ਖਾ ਰਿਹਾ ਸੀਗਾ, ਦੋ ਬੰਦੇ ਆਏ ਆ ਸਕੂਟਰੀ ਐਕਟਿਵਾ ਕਾਰੀ ਠੀਕ ਹੈ ਸਵਾਰ ਹੋ ਗਿਆ ਉੱਤੇ ਆਏ ਆ ਤੇ ਉਹਨਾਂ ਨੇ ਬੋਰੇ ਜਿਹੇ ਜਿੱਦਾਂ ਲਫਾਫੇ ਵਾਂਗੂ ਕਹਿ ਲਓ ਜਿੱਦਾਂ ਮਰਜ਼ੀ ਕਹਿ ਲਓ, ਉਹਦੇ ਵਿੱਚ ਇੱਕ ਨੇ ਗੰਡਾਸਾ ਕੱਢਿਆ, ਇੱਕ ਨੇ ਜਿੱਦਾਂ ਬੇਸਬੋਲ ਜੀ ਵਾਂਗੂ ਲਾਈਫ ਹੁੰਦਾ ਉਹਦੇ ਵਾਂਗੂ ਕੱਢਿਆ। ਹਾਂਜੀ ਆਉਂਦੇ ਬਸ ਪਹਿਲਾਂ ਤਾਂ ਇੱਕ ਨੇ ਮੇਰੇ ਵਾਲਾਂ ਦਾ ਫੜ ਲਿਆ ਠੀਕ ਆ, ਫਿਰ ਮੇਰੇ ਸੱਟਣ ਲੱਗ ਪਏ ਅਸੀਂ ਜਦੋਂ ਗੱਲੇ ਵੱਲ ਨੂੰ ਹੋਏ ਆ, ਗੱਲੇ 'ਚ ਪੈਸੇ ਕੱਢਣ ਲੱਗੂ, ਮੈਂ ਉੱਧਰ ਨੂੰ ਗਿਆ ਗੱਲੇ ਵੱਲ ਨੂੰ ਕਿ ਪੈਸੇ ਪੁੱਛੇ ਨਾ ਕੱਢ ਮੈਂ, ਅਤੇ ਫਿਰ ਉਹਨੇ ਇੱਕ ਨੇ ਹੋਰ ਮੇਰੇ ਸੁੱਟਣੀ ਸ਼ੁਰੂ ਕਰ ਦਿੱਤੀਆਂ, ਇੱਕ ਨੇ ਜੋ ਗੱਲਾਂ ਖੋਲਿਆ ਗੱਲੇ ਨੂੰ ਬਾਹਰ ਨੂੰ ਕੱਢਿਆ, ਮੈਂ ਉਹਦੀ ਬਾਂਹ ਜਿੱਦਾਂ ਸਾਈਡ ਨੂੰ ਕਰਦਾ, ਮੈਂ ਕੈਮਰੇ 'ਚ ਵੀ ਜਿੱਦਾਂ ਹੋਇਆ ਵਾ ਪਹਿਲਾਂ ਤਾਂ ਪੂਰੀ ਯਾਦ ਨਹੀਂ ਸੀ ਜਿੱਦਾਂ ਨਿਕਲ ਜਾਂਦੇ ਬਾਕੀ ਗੱਲ, ਅਤੇ ਉਹਨੇ ਫਿਰ ਮੇਰੇ ਸੁੱਟਣੀਆਂ ਸ਼ੁਰੂ ਕਰਦੀਆਂ, ਫਿਰ ਪਿੱਛੇ ਨੂੰ ਹੋ ਗਿਆ ਕਿਉਂਕਿ ਉਹਦੇ ਤਾਂ ਦੱਤ ਵਾ ਆਪਾਂ ਉਹਨੇ ਹੱਥੇ ਸੀਗੇ। ਕਿੰਨੇ ਪੈਸੇ ਲੱਗੇ ਗੱਲੇ 'ਚ? ਘੱਟੋ ਘੱਟ ਜੀ ਅੱਜ ਦੀ ਸੇਲ ਹੋਣੀ ਹੈ 4,000 ਮੌਕੇ ਤੇ ਪਹੁੰਚੇ ਸੀ ਬੱਚੇ ਦੀਆਂ ਜਿਹੜਾ ਕਾਕੇ ਦੀ ਸੱਟਾਂ ਲੱਗੀਆਂ ਜਿਹੜੀਆਂ ਉਹ ਵੀ ਮੈਂ ਦੇਖੀਆਂ ਔਰ ਮੈਡੀਕਲ ਰਿਪੋਰਟ ਹਾਸਲ ਕੀਤੀ ਜੀ ਜੀ ਤੇ ਬਿਆਨ ਵੀ ਲਏ ਹੋਏ ਆ ਤੇ ਉਹ ਜਿਹੜੇ ਵਾਰਦਾਤ ਨੂੰ ਅੰਜਾਮ ਜਿਹਨਾਂ ਦਿੱਤਾ ਜਿਹੜੇ ਨਾਮ ਨੂੰ ਵਿਅਕਤੀ ਹੈ ਉਹਨਾਂ ਨੂੰ ਕੈਮਰਿਆਂ ਰਾਹੀਂ ਖੰਗਾਲ ਰਹੇ ਹਾਂ, ਕਾਫੀ ਕੈਮਰੇ ਚੈੱਕ ਕੀਤੇ ਆ, ਕੁਛ ਚੈੱਕ ਕਰਨੇ 'ਚ ਬਾਕੀ ਹੈ।
ਜਿਹੜਾ ਨੌਜਵਾਨ ਹੈ ਉਹਦੇ ਸੱਟ ਵੀ ਲੱਗੀ ਕੋਈ? ਉਹਦੇ ਸੱਟ ਲੱਗੀ ਹੈ, ਕੁਣੀ ਤੇ ਲੱਗੀ ਸੱਟ, ਬਾਕੀ ਸਾਰੇ ਠੀਕ ਹੈ। ਕਿ ਨਾਲ ਦਾ ਵਿਅਕਤੀ ਕੋ ਕਾਬੂ ਕੀਤਾ ਉਹਦਾ? ਨਹੀਂ, ਕਾਬੂ ਨਹੀਂ ਕੀਤਾ, ਭੱਜ ਗਏ ਉਹ। ਕਿਤੇ ਐਕਟਿਵਾ ਵਗੈਰਾ ਤੇ ਭੱਜੇ ਆ ਕਾਲੇ ਰੰਗ ਦੀ ਤੇ। ਹਾਂ ਹਾਂ, ਸਾਡੀ ਪੂਰੀ ਪੁਰਜ਼ੋਰ, ਸਾਡੀ ਬਹੁਤ ਜ਼ਿਆਦਾ ਚੰਗੀ ਪੱਧਰ ਤੇ ਸਾਡੀ ਦੌੜ ਹੈ। ਆਪਾਂ ਉਹਨਾਂ ਨੂੰ ਜਲਦੀ ਜਲਦੀ ਆਲੇ ਦੁਆਲੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ? ਹਾਂ, ਚੈੱਕ ਕਰ ਰਹੇ ਜੀ। ਕਿੱਦਾਂ ਦਾ ਲੱਗਦਾ ਤੁਸੀਂ? ਹਾਂ, ਪਹੁੰਚ ਜਾਣਾ ਜਲਦੀ ਉਹਨਾਂ ਦੇ ਕੋਲ, ਲਾਗੇ ਪਹੁੰਚੇ ਆਪਾਂ, ਪਹੁੰਚ ਜਾਣਾ ਜਲਦੀ। ਠੀਕ ਹੈ।